ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਸੁਧਾਰ ਵਿਖੇ ਇੱਕ ਪ੍ਰੋਗਰਾਮ ਸਾਡਾ ਸੈਮੀਨਾਰ ਸੀ ਓਪਨ ਸੈਮੀਨਾਰ ਲਗਭਗ 400 ਤੋਂ 500 ਬੰਦੇ ਦਾ ਜਿਹੜਾ ਹੈਗਾ ਇੱਥੇ ਇਕੱਠ ਸੀ ਰੈਂਟਸ ਬੈਲੈਂਸ ਦੇ ਅਸੀਂ ਸ਼ਾਨਦਾਰ ਰਿਜ਼ਲਟਸ ਹਮੇਸ਼ਾ ਵੀਡੀਓ ਦੇ ਵਿੱਚ ਦੇਖਦੇ ਹਾਂ ਬਹੁਤ ਸਾਰੇ ਮੈਂ ਵੀ ਥੋੜ੍ਹੇ ਦਿਨ ਪਹਿਲਾਂ ਇੱਕ ਵੀਡੀਓ ਦੇਖਿਆ ਸੀ ਅੱਜ ਇਸ ਵੀਡੀਓ ਨੂੰ ਦੁਬਾਰਾ ਸ਼ੂਟ ਕਰਨ ਦਾ ਇੱਕੋ ਇੱਕ ਕਾਰਨ ਇਹ ਬਣਿਆ ਕਿ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਦੇਖਿਆ ਸੀ ਸਾਡੇ ਦਰਮਿਆਨ ਬੇਟੀ ਹੈ ਕੀ ਨਾਮ ਹੈ ਬੇਟਾ ਤੁਹਾਡਾ ਨਵਦੀਪ ਕੌਰ ਜੀ ਇਹਨਾਂ ਦੇ ਬੜੇ ਇੱਕ ਬੇਮਿਸਾਲ ਜਿਹੜਾ ਰਿਜ਼ਲਟ ਮੈਂ ਦੇਖਿਆ ਸੀ ਪਰ ਅੱਜ ਇਹਨਾਂ ਨੂੰ ਲਾਈਵ ਜਿਹੜਾ ਹੈਗਾ ਸੈਮੀਨਾਰ 'ਚ ਮੈਨੂੰ ਮਿਲਣ ਦਾ ਮੌਕਾ ਮਿਲਿਆ ਅਤੇ ਮੈਂ ਹੈਰਾਨ ਹੋ ਗਿਆ ਅਤੇ ਮੈਨੂੰ ਅੱਜ ਬਹੁਤ ਹੀ ਮਾਣ ਪ੍ਰਾਊਡ ਮਹਿਸੂਸ ਹੋ ਰਿਹਾ ਕਿ ਰੈਨਾਟਸ ਦੇ ਵਿੱਚ ਅਸੀਂ ਸਾਰੇ ਮਿਲ ਕੇ ਕੰਮ ਕਰ ਰਹੇ ਹਾਂ ਕਿਉਂਕਿ ਇੱਕ ਸ਼ਾਨਦਾਰ ਰਿਜ਼ਲਟ ਜਿਹੜੇ ਹੈਗੇ ਨੇ ਜਿੰਨੇ ਇਸ ਪ੍ਰੋਡਕਟ ਦੇ ਸਾਨੂੰ ਦੇਖਣ ਨੂੰ ਮਿਲ ਰਹੇ ਨੇ ਉਹ ਬੇਮਿਸਾਲ ਰਿਜ਼ਲਟ ਨੇ ਅਤੇ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਬਹੁਤ ਆਪਣੇ ਆਪ ਨੂੰ ਪੰਜਾਬੀ 'ਚ ਕਹੀਏ ਪੁੰਨ ਦਾ ਭਾਗੀ ਮਹਿਸੂਸ ਕਰਦੇ ਹਾਂ ਕਿ ਅਸੀਂ ਇਸ ਸਿਸਟਮ ਨਾਲ ਐਸੋਸੀਏਟ ਹਾਂ ਕਿ ਕੀ ਰਿਜ਼ਲਟਸ ਨੇ ਕੀ ਇਹਨਾਂ ਨੂੰ ਪ੍ਰੋਬਲਮ ਸੀ ਬੇਟੀ ਨੂੰ ਆਪਾਂ ਇਹਨਾਂ ਦੇ ਮੂੰਹੋਂ ਹੀ ਸੁਣਦੇ ਹਾਂ ਬੇਟਾ ਦੱਸੋ ਕੀ ਪ੍ਰੋਬਲਮ ਸੀ ਮੈਨੂੰ ਚੈਸਟ ਦੀ ਪ੍ਰੋਬਲਮ ਮਤਲਬ ਸਾਹ 'ਚ ਦਿੱਕਤ ਆਉਂਦੀ ਸੀਗੀ ਬਲਗਮ ਬਹੁਤ ਜ਼ਿਆਦਾ ਬਣਦੀ ਸੀ ਲਿਵਰ ਕਿਡਨੀ ਲੰਗਸ ਡੈਮੇਜ ਹੋ ਗਏ ਸੀ ਬਿਲਕੁਲ ਡੈਮੇਜ ਹੋ ਚੱਲੇ ਸੀਗੇ ਅਸੀਂ ਬਹੁਤ ਜਗ੍ਹਾ ਤੋਂ ਦਵਾਈ ਲਈ ਬਲਕਿ ਅਸੀਂ PGI ਤੱਕ ਵੀ ਜਾਇਆ ਹੈ ਐਡਮਿਟ ਵੀ ਰਹੇ ਹਾਂ ਪਰ ਕੋਈ ਵੀ ਫਰਕ ਨਹੀਂ ਪੈ ਰਿਹਾ ਸੀਗਾ ਬਸ ਦਵਾ ਇੰਨੇ ਜ਼ਿਆਦਾ ਪੈਸੇ ਖਰਚ ਹੋ ਗਏ ਕਿ ਬਸ ਸਾਡਾ ਘਰ ਵੀ ਵਿਕਣ ਵਾਲੇ 'ਤੇ ਆ ਗਿਆ ਸੀਗਾ ਅਤੇ ਜਿੰਨੇ ਵੀ ਅਸੀਂ ਦਵਾਈਆਂ ਲਈਆਂ ਨੇ ਉਹਦੇ ਨਾਲ ਜਮਾਂ ਵੀ ਫਰਕ ਨਹੀਂ ਪੈ ਰਿਹਾ ਸੀ ਸਗੋਂ ਦੀ ਉਹਦੇ ਸਾਈਡ ਇਫੈਕਟ ਹੋ ਰਹੇ ਸੀਗੇ ਅਤੇ ਫਿਰ ਅਸੀਂ ਸਾਨੂੰ ਮੈਡਮ ਚਰਨਜੀਤ ਕੌਰ ਮਾਣੂਕਿਆਂ ਨੇ ਇੱਕ ਦਿਨ ਨੈਨਾਟਸ ਬਾਰੇ ਦੱਸਿਆ ਅਤੇ ਉਹਨੂੰ ਲੈਣ ਬਾਰੇ ਦੱਸਿਆ ਕਿ ਤੁਸੀਂ ਇਹਨੂੰ ਯੂਜ਼ ਕਰੋ ਤਾਂ ਤੁਸੀਂ ਬਹੁਤ ਵਧੀਆ ਹੋ ਜਾਓਗੇ ਫਿਰ ਮੇਰੇ ਫੈਮਿਲੀ ਕਹਿੰਦੇ ਇੰਨੀਆਂ ਦਵਾਈਆਂ ਖਾ ਲਈਆਂ ਤੂੰ ਇਹ ਵੀ ਖਾ ਕੇ ਦੇਖ ਲਾ ਅਤੇ ਮੈਂ ਦਵਾਈ ਖਾ ਪਹਿਲੇ ਦਿਨ ਸ਼ੁਰੂ ਕੀਤੀ ਅਤੇ ਮੈਨੂੰ ਥੋੜ੍ਹਾ ਥੋੜ੍ਹਾ ਕੁ ਫਰਕ ਪਿਆ ਮੈਨੂੰ 5-6 ਦਿਨਾਂ ਵਿੱਚ ਬਹੁਤ ਵਧੀਆ ਲੱਗਿਆ ਖਾ ਕੇ ਮੈਂ 1 ਸਾਲ ਤੋਂ ਬੈੱਡ 'ਤੇ ਪਈ ਸੀਗੀ ਮੈਂ ਉੱਠ ਨਹੀਂ ਹੁੰਦਾ ਸੀ ਮੇਰੀ ਫੈਮਿਲੀ ਮੈਨੂੰ ਉਠਾਉਂਦੀ ਸੀ ਬਿਠਾਉਂਦੀ ਸੀ ਖਾਂਦੀ ਸੀ ਪਿਲਾਉਂਦੀ ਸੀ ਪਰ ਮੇਰੇ ਕੁਝ ਪਚਦਾ ਹੀ ਨਹੀਂ ਸੀ ਸਿਰਫ 3 ਗ੍ਰਾਮ ਖੂਨ ਸੀਗਾ ਬਲੱਡ ਦੀਆਂ ਬੋਤਲਾਂ ਚੜ੍ਹਦੀਆਂ ਸੀਗੀਆਂ ਫਿਰ ਵੀ ਖੂਨ ਵੱਧਦਾ ਹੀ ਨਹੀਂ ਸੀਗਾ ਜਿੰਨਾ ਸੀ ਓਨਾ ਹੀ ਰਹਿੰਦਾ ਸੀ ਫਿਰ ਅਸੀਂ ਜਦੋਂ ਦੀ ਮੈਂ ਰੈਨਾਟਸ ਖਾਣਾ ਸ਼ੁਰੂ ਕੀਤਾ ਮੈਨੂੰ ਭੁੱਖ ਲੱਗਦੀ ਆ ਪਿਆਸ ਲੱਗਦੀ ਆ ਖੂਨ ਵੀ ਮੇਰਾ 9-10 ਗ੍ਰਾਮ ਹੋ ਗਿਆ ਵਾ ਮੈਨੂੰ ਇੰਨਾ ਜ਼ਿਆਦਾ ਫਰਕ ਪਿਆ ਵਾ ਨਾ ਕਿ ਬਸ ਮੈਨੂੰ ਨਵੀਂ ਜ਼ਿੰਦਗੀ ਹੀ ਮਿਲ ਗਈ ਹੈ ਇਸ ਪ੍ਰੋਡਕਟ ਨੂੰ ਖਾਣ ਨਾਲ ਤਾਂ ਦੋਸਤੋ ਇਹ ਹੈ ਰੈਨਾਟਸ ਬੈਲੈਂਸ ਬਹੁਤ ਹੀ ਸ਼ਾਨਦਾਰ ਪ੍ਰੋਡਕਟ ਅਤੇ ਸਭ ਤੋਂ ਵੱਡੀ ਗੱਲ ਬਹੁਤ ਹੀ ਅਫੋਰਡੇਬਲ ਪ੍ਰਾਈਸ ਦੇ ਵਿੱਚ ਕਿਉਂਕਿ ਜਨਰਲੀ ਅਸੀਂ ਦੇਖਦੇ ਹਾਂ ਕਿ ਫੂਡ ਸਪਲੀਮੈਂਟਸ ਬਹੁਤ ਚੰਗੇ ਨੇ ਬਹੁਤ ਸਾਰੀਆਂ ਔਰਗਨਾਈਜੇਸ਼ਨ ਦੇ ਬਟ ਕਿਤੇ ਨਾ ਕਿਤੇ ਉਹ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੁੰਦੇ ਨੇ ਪਰ ਰੈਨਾਟਸ ਦੇ ਵਿੱਚ ਸਭ ਤੋਂ ਬਿਹਤਰੀ ਇਹੀ ਚੀਜ਼ ਦੀ ਹੈ ਕਿ ਰਿਜ਼ਲਟ ਓਰੀਐਂਟਡ ਪ੍ਰੋਡਕਟ ਇੱਕ ਬਹੁਤ ਹੀ ਸ਼ਾਨਦਾਰ ਕੀਮਤ ਤੁਹਾਨੂੰ ਦਿੱਤਾ ਜਾ ਰਿਹਾ ਅਤੇ ਮੈਂ ਚਾਹੂੰਗਾ ਕਿ ਸਾਰੇ ਆਪਾਂ ਇਸ ਕੰਸੈਪਟ ਨੂੰ ਇੱਕ ਵਾਰ ਜ਼ਰੂਰ ਦੇਖੀਏ ਅਤੇ ਇਹਦੇ ਨਾਲ ਜੁੜੀਏ ਧੰਨਵਾਦ ਮਿਹਰਬਾਨੀ Download Moj.